लेटेस्ट अपडेट सबसे पहले जानने के लिए सब्सक्राइब करें न्यूज अर्पण 24 TV और दबाएं बेल आइकन को। देर रात पटियाला पुलिस की PCR के द्वारा नाकाबंदी के दौरान दो मोटरसाइकिल सवार लोगों को गिरफ्तार किया, जिसपे 5 लोग सवार थे। पुलिस के रोकने पे उन्होंने हवा में फायरिंग शुरू कर दी। जवाबी फायरिंग पुलिस ने भी की और इन 5 लोगों को गिरफ्तार कर लिया। इनके पास 3 पिस्तौल, 5 जिंदा कारतूस और 1 खाली कारतूस और 1 चोरी की हुई मोटरसाइकिल बरामद की गई। कल साड़ी PCR दी टीम जिहड़ी हैगी उन्हां दी चैकिंग दे लई SI मदन लाल जिहड़े हैगे ने ਉਹ ਰਾਊਂਡ 'ਤੇ ਸੀਗੇ। ਜਿਸ ਵੇਲੇ PCR ਨੰਬਰ 12 ਦੀ ਚੈਕਿੰਗ ਕਰ ਰਹੇ ਸੀਗੇ ਨੇੜੇ ਸ਼ੀਸ਼ ਮਹਿਲ ਡਕਾਲਾ ਚੁੰਗੀ ਦੇ ਕੋਲ, ਉੱਥੇ ਚੈਕਿੰਗ ਕਰ ਰਹੇ ਸੀਗੇ। 2 ਮੋਟਰਸਾਈਕਲ ਆਏ ਜਿਨ੍ਹਾਂ ਦੇ ਉੱਪਰ 5 ਲੜਕੇ ਸਵਾਰ ਸੀਗੇ। ਜਦ ਪੁਲਿਸ ਪਾਰਟੀ ਨੂੰ ਦੇਖਿਆ ਉਹਨਾਂ ਨੇ, ਪੁਲਿਸ ਪਾਰਟੀ ਨੇ ਹੱਥ ਦਿੱਤਾ, ਉਹਨਾਂ ਨੇ ਮੋਟਰਸਾਈਕਲ ਮੋੜ ਕੇ ਵਾਪਸ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ ਨੇ ਇੱਕਦਮ ਕਾਬੂ ਕਰਨਾ ਲੱਗੇ ਤਾਂ ਉਹਨਾਂ 'ਚੋਂ ਮੋਟਰਸਾਈਕਲ ਦੇ ਉੱਪਰ ਬੈਠੇ ਇੱਕ ਸਰਦਾਰ ਲੜਕੇ ਨੇ ਪੁਲਿਸ ਟੀਮ ਦੇ ਉੱਪਰ ਜਿਹੜਾ ਹੈਗਾ ਫਾਇਰ ਕੀਤਾ। ਮੋਟਰਸਾਈਕਲ ਉਹਨਾਂ ਦਾ ਸਲਿੱਪ ਹੋ ਗਿਆ। ਉੱਥੇ ਪੁਲਿਸ ਟੀਮ ਨੇ 5 ਮੁੰਡੇ ਜਿਹੜੇ ਹੈਗੇ ਆ ਇਹ ਕਾਬੂ ਕਰ ਲਏ ਸੀਗੇ। ਇਹਨਾਂ ਤੋਂ ਜਿਹੜੀ ਇਨੀਸ਼ੀਅਲ ਪੁੱਛਗਿੱਛ ਕੀਤੀ ਗਈ ਹੈ, ਇਹ ਇੱਕ ਵਾਰਦਾਤ ਅੰਜਾਮ ਦੇਣ ਚੱਲੇ ਸੀਗੇ। ਇਹਨਾਂ ਨੇ ਦਿੱਲੀ ਤੋਂ ਜਿਹੜੇ ਹੈਗੇ ਨੇ ਕਿਸੇ ਬੰਦਿਆਂ ਨੂੰ ਬੁਲਾਇਆ ਸੀਗਾ, ਜਿਨ੍ਹਾਂ ਨੇ ਕੁਛ ਪੈਸੇ ਲੈ ਕੇ ਆਉਣਾ ਸੀਗਾ ਅਤੇ ਉਹ ਪੈਸੇ ਇਹਨਾਂ ਨੇ ਕਿਸੇ ਤਰੀਕੇ ਦੇ ਨਾਲ ਬਿਟਕੋਇਨ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਕਰਵਾਉਣੇ ਸੀਗੇ। ਇਹਨਾਂ ਦੀ ਪਲੈਨਿੰਗ ਇਹ ਸੀਗੀ ਵੀ ਅਸੀਂ ਉਹਨਾਂ ਤੋਂ ਜਿਹੜਾ ਹੈਗਾ ਪੈਸੇ ਉਹਨਾਂ ਦੇ ਲੁੱਟ ਕੇ ਲੈ ਜਾਣੇ ਨੇ। ਇਹਨਾਂ ਕੋਲ ਜਦ ਚੈੱਕ ਕੀਤਾ ਤਾਂ ਇਹਨਾਂ ਕੋਲੋਂ 3 ਵੈਪਨ ਮਿਲੇ, 2 315 ਬੋਰ ਦੇ ਹੈਗੇ ਨੇ ਅਤੇ 1 32 ਬੋਰ ਦਾ। ਇਸ ਤੋਂ ਇਲਾਵਾ ਜਿਹੜਾ ਮੋਟਰਸਾਈਕਲ, ਇੱਕ ਮੋਟਰਸਾਈਕਲ ਦੇ ਉੱਪਰ ਇਹਨਾਂ ਨੇ ਨੰਬਰ ਪਲੇਟ ਦੇ ਉੱਪਰ ਚਿੱਟੀ ਟੇਪ ਲਗਾਈ ਹੋਈ ਸੀ। ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਪੁੱਛਗਿੱਛ ਕਰਨ 'ਤੇ ਪਤਾ ਲੱਗਿਆ ਕਿ ਪਿੱਛੇ ਇਹਨਾਂ ਨੇ ਇਸ ਵਾਰਦਾਤ ਤੋਂ ਅੰਜਾਮ ਦੇਣ ਦੇ ਲਈ ਜਿਹੜਾ ਬੀਬੀਪੁਰ ਪਿੰਡ ਹੈ ਰੱਖੜੇ ਦੇ ਕੋਲ, ਉੱਥੋਂ ਇਹਨਾਂ ਨੇ ਮੋਟਰਸਾਈਕਲ ਖੋਹ ਕੀਤਾ ਸੀਗਾ, ਜਿਸ ਸੰਬੰਧੀ ਆਲਰੇਡੀ ਇੱਕ ਮੁਕੱਦਮਾ ਦਰਜ ਆ। ਉਹ ਮੋਟਰਸਾਈਕਲ ਖੋਹ ਦੇ ਵਿੱਚ ਵੀ ਇਸ ਗਰੁੱਪ 'ਚੋਂ 3 ਲੜਕੇ ਜਿਹੜੇ ਸੀਗੇ ਇਨਵੋਲਵ ਸੀਗੇ। ਹੁਣ ਜਿਹੜਾ ਇਹਨਾਂ ਨੂੰ ਜਿਹੜਾ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਜਾਊਗਾ ਅਤੇ ਪੁਲਿਸ ਰਿਮਾਂਡ ਲੈ ਕੇ ਅੱਗੇ ਇਹਨਾਂ ਦੀ ਜਿਹੜੀ ਹੈ ਵੇਰੀਫਾਈ ਕੀਤਾ ਜਾਊਗਾ ਵੀ ਇਹਨਾਂ ਨੇ ਕੀ ਅੱਗੇ ਵਾਰਦਾਤਾਂ ਕੀਤੀਆਂ। ਇਹ ਜਿਹੜੇ ਆਪ ਹੀ 5 ਲੜਕੇ ਜਿਹੜੇ ਇਹ ਕਾਬੂ ਕੀਤੇ ਨੇ ਅਸੀਂ। ਇਹਨਾਂ ਜਿਹੜੇ ਲੜਕੇ ਆ ਕੁਛ ਇੱਥੇ PG ਦੇ ਤੌਰ 'ਤੇ ਰਹਿੰਦੇ ਨੇ, ਕੁਛ ਬੱਚੇ ਸਟੂਡੈਂਟ ਨੇ, ਕੁਛ ਜਿਹੜੇ ਹੈਗੇ ਨੇ ਲੜਕੇ ਆਪਣਾ ਕੋਈ ਆਊਟ ਕੰਮਸ ਕਰਦੇ ਆ। ਇੱਕ ਰੇੜੀ ਲਗਾਉਂਦਾ, ਇੱਕ ਬਿਟਕੋਇਨ ਦਾ ਕੰਮ ਕਰਦਾ, ਇੱਕ ਲੇਬਰ ਦਾ ਕੰਮ ਕਰਦਾ, ਬਾਕੀ ਜਿਹੜੇ ਹੈਗੇ ਸਟੂਡੈਂਟ ਵੀ ਆ। ਇਹ ਇੱਥੇ PG 'ਚ ਰਹਿਣ ਕਰਕੇ ਇਹਨਾਂ ਦਾ ਆਪਸ 'ਚ ਜਿੱਦਾਂ ਤਾਲਮੇਲ ਹੋ ਗਿਆ, ਗਰੁੱਪ ਬਣ ਗਿਆ ਇਹਨਾਂ ਦਾ। ਗਰੁੱਪ ਬਣ ਕੇ ਇਹਨਾਂ ਨੇ ਜਿਹੜੀ ਹੈਗੀ ਹੈ, ਇੱਕ ਪਹਿਲਾਂ ਮੋਟਰਸਾਈਕਲ ਵਾਲੀ ਵਾਰਦਾਤ, ਮੋਟਰਸਾਈਕਲ ਖੋਹ ਦੀ ਵਾਰਦਾਤ ਕੀਤੀ ਹੈ, ਹੁਣ ਇਹ ਵਾਰਦਾਤ ਕੀਤੀ ਹੈ। ਉਹ ਸਾਰੀ ਚੀਜ਼ ਵੇਰੀਫਾਈ ਕਰਦੇ ਆ ਜੀ। ਇਹਨਾਂ ਨੇ ਆਪਣੇ ਉੱਥੇ ਜਿਹੜੇ PG 'ਚ ਰਹਿਣ ਵਾਲੇ ਇਹਨੂੰ ਆਪਣੇ ID ਕਾਰਡਸ ਵਗੈਰਾ ਆਈਡੈਂਟੀ ਪਰੂਫ ਦਿੱਤੇ ਨੇ, ਅੱਗੇ PG ਵਾਲਿਆਂ ਨੇ ਥਾਣੇ ਦੇ ਵਿੱਚ ਅਦਲਾ ਦਿੱਤੀ ਹੋਈ ਹੈ ਕਿ ਨਹੀਂ ਹੈ, ਅਕੋਰਡਿੰਗਲੀ ਕਾਰਵਾਈ ਕੀਤੀ ਜਾਵੇਗੀ।